ਅਸਲਾਮ ਵਾਲੇਕੁਮ ਸੱਜਣੋ ਬੇਲੀਓ ਮਿੱਤਰੋ, ਕੀ ਹਾਲ ਚਾਲ ਹੈ? ਮੈਂ ਤੁਹਾਡਾ ਦੋਸਤ ਮੁਹੰਮਦ ਰਿਖੀ ਸਰ। ਅੱਜ ਜਨਾਬ ਮੈਂ ਕੰਗਣਪੁਰ ਦੀ ਸਰ ਜ਼ਮੀਨ 'ਤੇ ਮੌਜੂਦ ਹਾਂ। ਇਹ ਜਨਾਬ ਦਰਿਆਏ ਨੀਲੀ ਤੋਂ ਕੋਈ ਗਾਲਬਨ 20 ਕਿਲੋਮੀਟਰ ਅੱਗੇ ਜ਼ੀਰੋ ਲਾਈਨ ਦੇ ਬਿਲਕੁਲ ਕਰੀਬ, ਔਰ ਇੱਥੋਂ ਦੇ ਜਿਹੜੇ ਇਮਾਮੋ ਖਤੀਬ ਨੇ ਹਜ਼ਰਤ ਅਲਾਮਾ ਮੌਲਾਨਾ ਕਾਰੀ ਮੁਹੰਮਦ ਰਮਜ਼ਾਨ ਅਤਾਰੀ ਸਾਹਿਬ ਜ਼ੀਦ ਅਮਜਤਾ, ਉਹ ਜਿਹੜਾ ਮੇਰੇ ਨਾਲ ਤਸ਼ਰੀਫ ਫਰਮਾ ਨੇ, ਉਹਨਾਂ ਨਾਲ ਗੱਲਬਾਤ ਜੋੜਦੇ ਹਾਂ। ਅਸੀਂ ਇਹ ਹੁਣ ਥੋੜ੍ਹੀ ਦੇਰ ਪਹਿਲੇ ਬਾਰਡਰ ਤੋਂ ਅਸੀਂ ਹੋ ਕੇ ਆ ਰਹੇ ਹਾਂ। ਇੱਥੋਂ ਬਾਰਡਰ ਬਿਲਕੁਲ ਨਜ਼ਦੀਕ ਤਰੀਨ ਹੈ, ਅੱਧਾ ਕਿਲੋਮੀਟਰ ਤੇ ਬਾਰਡਰ ਹੈ, ਤੇ ਕਾਰੀ ਸਾਹਿਬ ਨਾਲ ਕੋਈ ਸਵਾਲ ਜਵਾਬ ਕਰਨਾ। ਅਸਲਾਮ ਵਾਲੇਕੁਮ ਕਾਰੀ ਸਾਹਿਬ ਜੀ। ਵਾਲੇਕੁਮ ਸਲਾਮ। ਕਾਰੀ ਸਾਹਿਬ ਕੀ ਹਾਲ ਚਾਲ? ਅਲਹਮਦੁਲਿਲਾਹ ਖਰੀਅਤ। ਅੱਛਾ, ਇੱਥੇ ਕਿਤਨੀ ਦੇਰ ਤੋਂ ਤੁਸੀਂ ਇੱਥੇ ਮੁਕੀਮ ਹੋ? ਤਕਰੀਬਨ 25 ਸਾਲ ਤੋਂ। 25 ਸਾਲ ਤੋਂ, ਮਤਲਬ ਤੁਸੀਂ ਪੈਦਾ ਇੱਥੇ ਹੀ ਹੋਏ? ਹਾਂ ਜੀ, ਪੈਦਾਇਸ਼ ਇੱਥੇ। ਤੇ ਇਤਨਾ ਖੁੱਲਾ ਇਲਾਕਾ ਹੈ ਜੀ, ਜਿੱਥੇ ਤੁਸੀਂ ਇਮਾਮਤ ਕਰਿੰਦੇ ਹੋ, ਤੇ ਜਦੋਂ ਤੁਸੀਂ ਖਿਤਾਬ ਕਰਦੇ ਹੋ ਤੇ ਇਹਦੀ ਆਵਾਜ਼ ਇੰਡੀਆ 'ਚ ਸੁਣੀਂਦੀ? ਜੀ ਜੀ, ਸੁਣੀਂਦੀ ਇਨਸ਼ਾਅੱਲਾ। ਇੰਡੀਆ ਸੁਣੀਂਦੀ? ਬਿਲਕੁਲ। ਤੇ ਜਿਹੜੇ ਇੰਡੀਆ ਦੇ ਵਿੱਚ ਸਪੀਕਰ ਵਗੈਰਾ ਹੁੰਦੇ ਨੇ, ਉਹਨਾਂ ਦੀ ਆਵਾਜ਼ ਇੱਧਰ ਆਉਂਦੀ, ਆਪਣੀ ਆਵਾਜ਼ ਉੱਥੇ ਤੱਕ ਪਹੁੰਚ ਜਾਂਦੀ? ਤੇ ਜ਼ਿਆਦਾਤਰ ਉੱਥੋਂ ਕੀ ਮਤਲਬ ਆਵਾਜ਼ਾਂ ਤੁਹਾਨੂੰ ਸੁਣਾਈ ਦੇ ਰਹੀਆਂ? ਉਹਨਾਂ ਦੀ ਆਪਣੀ ਜੋ ਖਰੀਦੋ ਫਰੋਖਤ ਦੀ ਆਵਾਜ਼ ਹੈ, ਪਿਆਜ਼ ਹੈ, ਮਿਰਚ ਹੈ, ਗੰਡਾ, ਜੋ ਵੀ ਉਹ ਵੇਚਦੇ ਨੇ, ਗੁੜ ਵੇਚਦੇ ਨੇ, ਉਹਨਾਂ ਦੀ ਆਵਾਜ਼ ਇੱਧਰ ਆਉਂਦੀ ਹੈ। ਔਰ ਫਿਰ ਜੋ ਆਪਣੀ ਉਹ ਆਪਣੀ ਇਬਾਦਤ ਕਰਦੇ ਨੇ ਜਿਸ ਜ਼ਰੀਏ ਦੇ ਨਾਲ, ਉਹਨਾਂ ਦੀ ਆਵਾਜ਼ ਇੱਧਰ ਆਉਂਦੀ। ਅੱਛਾ ਜੀ, ਤੁਹਾਡੀ ਆਵਾਜ਼ ਉੱਥੇ ਸਾਫ਼ ਸੁਣਾਈ ਦੇ? ਆਪਣੀ ਆਵਾਜ਼ ਉੱਥੇ ਵੀ ਸਾਫ਼ ਸੁਣਾਈ, ਸਾਫ਼ ਸਰ ਉਹਨਾਂ ਦੀ ਆ ਰਹੀ। ਅੱਛਾ, ਗੰਡਾ ਵੈਸੇ ਕੀ ਰੇਟ ਸੀ ਸਾਫ਼? ਉਹ ਉਹਨਾਂ ਤਕਰੀਬਨ 150 ਹੀ ਤੜੀ, ਔਰ ਆਪਣੇ ਦੇ 300 ਰੁਪਏ ਕਿਲੋ। ਤੇ ਉਹ ਸੁੱਕੇ ਹੋਏ ਗੰਡੇ? ਹਾਂਜੀ। ਨਾਜ਼ਰੀ, ਤੁਸੀਂ ਕਾਰੀ ਸਾਹਿਬ ਦੀ ਜ਼ਬਾਨੀ ਸੁਣ ਰਹੇ ਹੋ ਕਿ ਉੱਥੋਂ ਦੀਆਂ ਆਵਾਜ਼ਾਂ ਇੱਧਰ ਸੁਣਾਈ ਦਿੰਦੀਆਂ ਨੇ ਪਾਕਿਸਤਾਨ ਦੇ ਅੰਦਰ, ਜਿਹੜੀ ਜਗ੍ਹਾ 'ਤੇ ਅਸੀਂ ਮੌਜੂਦ ਹਾਂ। ਦਰਮਿਆਨ ਵਿੱਚ ਇੱਕ ਨਹਿਰ ਹੈ ਛੋਟੀ ਜਿਹੀ, ਮੈਂ ਤੁਹਾਨੂੰ ਨਹਿਰ ਵੀ ਵਿਖਾ ਦੇਣਾ ਬੈਕ ਕੈਮਰੇ ਤੋਂ। ਇਹ ਨਹਿਰ ਹੈ, ਅਤੇ ਨਹਿਰ ਤੇ ਬਿਲਕੁਲ ਪਰਲੇ ਪਾਸੇ ਜ਼ੀਰੋ ਲਾਈਨ ਹੈ। ਇਹ ਨਹਿਰ 1997 ਦੇ ਅੰਦਰ ਤਕਰੀਬਨ ਖੱਟੀ ਗਈ ਸੀ, ਜਦੋਂ ਦਰਿਆ ਸਤਲੁਜ ਦੇ ਅੰਦਰ ਕਾਫੀ ਸੈਲਾਬ ਆਇਆ ਸੀ। ਅੱਛਾ, ਉਸ ਵਕਤ ਇਹ ਨਹਿਰ ਦੀ ਖੁਦਾਈ ਕੀਤੀ ਗਈ ਸੀ। ਅੱਛਾ, ਤੇ ਦੇਖੋ ਮੈਨੂੰ ਕੱਲ ਦੱਸੋ ਕਾਰੀ ਸਾਹਿਬ, ਇਹ BRB ਨਹਿਰ ਤਾਂ ਨਹੀਂ ਨਾ? ਨਹੀਂ, ਇਹ BRB ਨਹੀਂ। ਅੱਛਾ ਅੱਛਾ ਅੱਛਾ, ਤੇ ਕਦੀ ਤੁਹਾਡੇ ਦੋ ਵਾਰੀ ਸੈਲਾਬ ਤੁਸੀਂ ਵੇਖਿਆ? ਇੱਕ ਵਾਰੀ, ਇੱਕ ਦਫਾ। ਤੁਹਾਨੂੰ ਸੈਲਾਬ ਕੋਲ ਡਰ ਨਹੀਂ ਲੱਗਦਾ? 88 94 ਜਨਾਬ, ਤੁਸੀਂ ਪਿਛਲੇ ਦਿਨਾਂ 'ਚ ਵੇਖ ਰਿਹਾ ਜਿਹੜਾ ਸੈਲਾਬ ਆਇਆ ਦਰਿਆਏ ਨੀਲੀ ਨੇ, ਜਿਹੜਾ ਬੜਾ ਵੱਡਾ ਸੈਲਾਬ ਆਇਆ, ਕੋਈ 25 ਕਿਲੋਮੀਟਰ ਰਹੀ ਪਾਕਿਸਤਾਨ ਵਾਲੇ ਤੇ ਕੋਈ 25-30 ਕਿਲੋਮੀਟਰ ਚੜ੍ਹਦੇ ਪੰਜਾਬ ਵਾਲੇ, ਜਿਹੜਾ ਸੈਲਾਬ ਆਇਆ ਹਾ। ਇਹ ਕਾਰੀ ਸਾਹਿਬ ਤੁਸੀਂ ਕਿੱਥੇ ਬੈਠੇ ਰਹੇ? ਇੱਥੇ ਰਹੇ, ਕਿਸੇ ਦਫਾ ਤੇ ਬੈਠੇ ਰਹੇ ਨੇ? ਬਸ ਆਪਣੇ ਘਰ ਦੇ ਅੰਦਰ ਹੀ ਮੌਜੂਦ ਰਹੇ। ਅੱਛਾ, ਸੁੱਤਿਆਂ ਪਏ ਪਾਣੀ ਚੜ੍ਹ ਗਿਆ ਸੀ? ਚੜ੍ਹ ਗਿਆ ਸੀ ਬਈ, ਜਗ੍ਹਾ ਜਗ੍ਹਾ ਲੋਕਾਂ ਦਾ ਸਮਾਨ ਰੁੜ ਗਿਆ, ਫਸਲ ਰੁੜ ਗਈ, ਦਾਣੇ ਰੁੜ ਗਏ, ਔਰ ਇਸ ਤੋਂ ਇਲਾਵਾ ਜਾਨਵਰ ਰੁੜ ਗਏ, ਲੋਕਾਂ ਦੇ ਮਕਾਨ ਕੱਚੇ ਸੀ, ਗਿਰ ਗਏ, ਜਿਹੜੇ ਪੱਕੇ ਸੀ ਕਈ ਬਚ ਗਏ, ਉਹ ਵੀ ਕਈ ਡਿੱਗ ਪਏ। ਜਾਂ ਮੇਰੇ ਨਾਲ ਡੋਗਰ ਸਾਹਿਬ ਵੀ ਮੌਜੂਦ ਨੇ ਜੀ, ਸਰਦਾਰ ਰਫੀਕ ਡੋਗਰ। ਤੇ ਜਨਾਬ ਬਾਬਾ ਜੀ ਦਾ ਕੀ ਨਾਮ ਹੈ? ਸਰਦਾਰ ਫਲਕ ਸ਼ੇਰ ਡੋਗਰ। ਤੇ ਜਨਾਬ ਪਰਵੇਸ਼ ਸੋਮਰੋ ਸਾਹਿਬ, ਇਹ ਜਨਾਬ ਅਸੀਂ ਇਸ ਪਾਸੇ ਆਏ ਹਾਂ। ਤੁਹਾਨੂੰ ਬੈਕ ਕੈਮਰੇ ਤੋਂ ਅਸੀਂ ਬਾਕੀ ਦੇ ਨਜ਼ਾਰੇ ਵਿਖਾਈਨੇ ਆ, ਤੇ ਕੱਚੇ ਮਕਾਨ ਨੇ, ਲੇਕਿਨ ਜਿਹੜੇ ਲੋਕਾਂ ਦੇ ਦਿਲ ਨੇ ਉਹ ਪੱਕੇ ਨੇ, ਔਰ ਮੁਹੱਬਤਾਂ ਜਿਹੜੀਆਂ ਨੇ ਮੈਨੂੰ ਇੱਥੇ ਆ ਕੇ ਬੜੀਆਂ ਮੁਹੱਬਤਾਂ ਮਿਲੀਆਂ ਨੇ, ਔਰ ਮੈਂ ਸਮਝਦਾ ਸੀ ਕਿ ਸ਼ਾਇਦ ਨਫਸਾ ਨਫਸੀ ਦੌਰ ਸ਼ੁਰੂ ਹੋ ਗਿਆ, ਲੇਕਿਨ ਇਸ ਪਾਸੇ ਅਜੇ ਵੀ ਡੇਰੇ ਨੇ, ਡੇਰਿਆਂ ਉੱਥੇ ਕੋਈ 10-10-15-15 ਲੋਕ ਬੈਠ ਕੇ ਆਪਣੇ ਮਸਲਿਆਂ ਦੇ ਹੱਲ ਵੀ ਕਰਦੇ ਨੇ, ਔਰ ਉਸ ਤੋਂ ਇਲਾਵਾ ਜਿਹੜੀਆਂ ਰੋਜ਼ਮਰਾ ਦੀਆਂ ਗੱਲਾਂ ਨੇ ਇੱਕ ਦੂਸਰੇ ਨਾਲ ਉਹ ਵੀ ਸ਼ੇਅਰ ਕਰਦੇ ਨੇ। ਆਪਸ ਦੇ ਅੰਦਰ ਹਮਦਰਦੀ, ਜਜ਼ਬਾ, ਇੱਕ ਪਿਆਰ, ਮੁਹੱਬਤ, ਇਨਸਾਨੀਅਤ, ਅਖੂਵਤ, ਭਾਈਚਾਰਾ ਬਹੁਤ ਜ਼ਿਆਦਾ ਹੈ। ਅੱਛਾ, ਔਰ ਪਿਆਰੇ ਮਹਿਬੂਬ ਸੱਲੱਲਾਹੁ ਅਲੈਹਿ ਵਸੱਲਮ ਦੇ ਦੀਨ ਦੇ ਸਦਕੇ ਇੱਥੇ ਆਪਸ ਦੇ ਅੰਦਰ ਮੁਹੱਬਤ ਵੀ ਹੈ ਮੁਸਲਮਾਨਾਂ ਦੇ ਅੰਦਰ। ਮਾਸ਼ਾਅੱਲਾ ਜੀ। ਅੱਛਾ, ਆਂਢੀਆਂ ਗੁਆਂਢੀਆਂ ਦਾ ਵੀ ਖਿਆਲ ਰੱਖਦੇ ਨੇ, ਰਿਸ਼ਤੇਦਾਰਾਂ ਦੇ ਨਾਲ ਵੀ, ਔਰ ਮਾੜਿਆਂ ਦੇ ਨਾਲ ਵੀ, ਇੱਕ ਦੂਜੇ ਨਾਲ ਜਿੰਨੀ ਆਪਣੀ ਉਸਤਾਦ ਉਸਦੇ ਮੁਤਾਬਕ ਮੁਹੱਬਤ ਕਰਦੇ ਨੇ। ਜੀ ਨਾਜ਼ਰੀਨ, ਮੈਂ ਸਰਦਾਰ ਰਫੀਕ ਡੋਗਰ ਨਾਲ ਵੀ ਗੱਲਬਾਤ ਕਰਨੀ, ਵੀ ਉਹਨਾਂ ਦੀ ਗੋੜੀ ਦਰਿਆ 'ਚ ਕਿਵੇਂ ਲੱਗਦੀ, ਉਹਨਾਂ ਨਾਲ ਵੀ ਮੈਂ ਗੱਲਬਾਤ ਕਰਨੀ। ਤੇ ਕਾਰੀ ਸਾਹਿਬ ਕੋਲ ਇੱਕ ਅੱਧਾ ਸਵਾਲ ਹੋਰ ਕਰਨਾ। ਕਾਰੀ ਸਾਹਿਬ, ਤੁਸੀਂ ਇੱਥੋਂ ਦੇ ਜ਼ਿੰਮੇਦਾਰ ਹੋ? ਜੀ। ਕਿਤਨਾ ਰਕਬਾ ਆਪਣੇ? ਮੈਂ 14 ਕਿਲੋ। ਤੇ ਇੱਥੋਂ ਕੋਈ ਤਨਖਾਹ ਲੈਂਦੇ ਹੋ? ਮਸਜਿਦ ਚੁੱਕ ਕੇ ਬਸ ਅੱਲਾਹ ਦੀ ਰਜ਼ਾ ਵਾਸਤੇ? ਨਹੀਂ, ਤਨਖਾਹ ਨਹੀਂ, ਅੱਲਾਹ ਦੀ ਰਜ਼ਾ ਵਾਸਤੇ। ਜੀ। ਤੇ ਉਂਝ ਲੋਕ ਤਾਵਨ ਵੈਸੇ ਕਰਦੇ? ਜੀ, ਉਹ ਕੋਈ ਆਪਣਾ ਜਿਸ ਤਰ੍ਹਾਂ ਕੋਈ ਥੋੜ੍ਹਾ ਬਹੁਤ। ਤੁਸੀਂ ਤਾਂ ਮਾਸ਼ਾਅੱਲਾ ਦੀਨ ਦਾ ਬੜਾ ਕੰਮ ਕਰ ਰਹੇ ਹੋ। ਬਿਲਾ ਲੌਸ ਜੀ,
ਤੇ ਇੱਥੇ ਜ਼ਿਆਦਾ ਅਕਸਰੀਅਤ ਕਿਹੜੀ ਬਰਾਦਰੀ ਦੀ? ਜ਼ਿਆਦਾ ਅਕਸਰੀਅਤ ਇੱਥੇ ਮਿਕਸ ਬੈਠੇ ਨੇ, ਡੋਗਰ ਬਰਾਦਰੀ ਜ਼ਿਆਦਾ ਹੈ। ਅੱਛਾ। ਉਸ ਤੋਂ ਬਾਅਦ ਰਾਈ, ਕਮਿਆਰ, ਨੁਨਾਰੀ, ਤੇਲੀ, ਮਿਕਸ ਬੈਠੇ ਜ਼ਿਆਦਾ, ਡੋਗਰ ਬਰਾਦਰੀ ਜ਼ਿਆਦਾ। ਜਨਾਬ ਆ ਸਰਦਾਰ ਵੇਖਦੇ ਪਿਓ, ਸਰਦਾਰ ਰਫੀਕ ਸਾਹਿਬ, ਜਵਾਨ ਦੀ ਮੁੱਛ ਚੈੱਕ ਕਰੋ। ਇਹ ਜਨਾਬ ਨਾ ਗੋੜੀ ਉੱਤੇ ਬਹਿ ਕੇ, ਆਦਿ ਇਹਨਾਂ ਦੀ ਗੋੜੀ ਸੀ, ਗੋੜੀ ਤੇ ਬਹਿ ਕੇ ਦਰਿਆ ਦੇ ਵਿੱਚੋਂ ਰੱਖ ਦਿੰਦੇ ਸੀ। ਉਹ ਜਰਾ ਗੱਲ ਸੁਣਾਇਆ ਜੀ, ਗੋੜੀ ਜਿਹੜੀ ਤੁਹਾਡੇ ਕੋਲ ਹੈ ਸੀ, ਉਹਦੇ ਤੋਂ ਤੂੰ ਚਾੜ ਕੇ ਕਿੰਨੀ ਵਾਰੀ ਲੱਗਿਆ ਦਰਿਆ ਵਿੱਚ? ਚਾਰ ਵਾਰੀ ਲੱਗੇ। ਹਾਂਜੀ। ਤੇ ਗੋੜੀ ਪਾਣੀ ਦਰਿਆ ਦੇ ਵਿੱਚ ਪੂਰੇ ਪਾਣੀ ਦੇ ਵਿੱਚੋਂ ਲੰਘ ਜਾਂਦੀ, ਤੇ ਉਹ ਉੱਤੇ ਪਾਣੀ ਮਤਲਬ ਡੁੱਬਦੀ ਛੁੱਬਦੀ ਨਹੀਂ? ਨਹੀਂ ਡੁੱਬਦੀ। ਡੂੰਘਾ ਕਿਤਨਾ ਇਹ ਦਰਿਆ ਦੇ ਮੁਖਤਲਿਫ ਅਕਸਾਮ ਨੇ, ਕਿਸੇ ਜਗ੍ਹਾ ਪੇ 10 ਫੁੱਟ, ਕਿਸੇ ਜਗ੍ਹਾ ਪੇ 20, ਕਿਸੇ ਜਗ੍ਹਾ ਤੇ 100-100, ਔਰ ਇੱਕ ਜਗ੍ਹਾ ਤੇ ਐਸੀ ਵੀ ਹੈ ਕਿ ਜਿੱਥੇ ਇਥਲਾ ਉਥਲਾ ਦੋਵੇਂ ਸਤਰ ਵਾਲੀਆਂ, ਦੋਵੇਂ ਪਾਣੀ ਮਿਕਸ ਨੇ, ਉੱਥੇ ਪਾਣੀ ਖੁਸ਼ਕ ਹੀ ਨਹੀਂ ਹੁੰਦਾ, ਹਮੇਸ਼ਾ ਜਾਰੀ ਰਹਿੰਦਾ ਪਾਣੀ।
ਹੈ।